ਰੋਜ਼ਾਨਾ ਲੋਕਾਂ ਦੇ ਨਾਟਿਵਿਡੀਆ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਿੰਦਰ ਸਿੰਘ ਪ੍ਰੋਗਰਾਮ ਆਪ ਕਰਾਂਗੇ ਅੱਜ ਦੀਆਂ ਅਹਿਮ ਖਬਰਾਂ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜਹੀਰ ਕਾਰ ਸਿੰਘ ਸਰਾਪਾ ਜਿਹੜੇ ਮਹਾਨ ਸ਼ਹੀਦ ਹੋਏ ਨੇ ਉਹਨਾਂ ਦਾ ਅੱਜ 127 ਵਾਂ ਜਨਮ ਦਿਨ ਹੈ ਸਾਡੇ ਸਾਰੇ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਸ਼ਹੀਦ ਕਾਰਤਾਰ ਸਿੰਘ ਸਰਾਪਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਦੇ ਜੀਵਨ ਤੇ ਚਾਨਾ ਪੱਤੀ ਕੋਸ਼ਿਸ਼ ਕਰਾਂਗੇ ਆਪਣੇ ਦਰਸ਼ਕਾਂ ਦੇ ਅੱਗੇ ਇਸ ਪ੍ਰੋਗਰਾਮ ਦੇ ਵਿੱਚ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਇੱਕ ਹੋਰ ਜਿਹੜੀ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ ਉਹਦੇ ਤੇ ਹੁਣ ਰਾਜਾ ਬ੍ਰਿੰਗ ਨੇ ਵੀ ਸਵਾਲ ਚੱਕੜੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਉੱਠੇ ਨੇ ਉਹ ਕਿਹਦੇ ਤੋਂ ਸਵਾਲ ਚੁੱਕੇ ਗਏ ਕੈਪਟਨ ਸਾਹਿਬ ਹੁਣ ਫਾਰਮ ਹਾਊਸ ਤੋਂ ਬਾਹਰ ਆ ਜਾਓ ਹੁਣ ਤਾਂ ਬਹੁਤ ਕੁਝ ਪੰਜਾਬ ਦਾ ਵਿਗੜ ਗਿਆ ਹੁਣ ਤੇ ਤੁਹਾਨੂੰ ਫਾਰਮ ਹਾਊਸ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਤੇ ਉੱਥੇ ਹੀ ਚੀਕੂ ਅਤੇ ਸੀਤਾਫਲ ਦਾ ਵੀ ਮੁੱਦਾ ਉਠਿਆ ਤੇ ਇਹ ਵੀ ਗੱਲਾਂ ਕਈਆਂ ਕਈਆਂ ਨੇ ਕਿ ਪੰਜਾਬ ਕਾਂਗਰਸ ਦੀ ਆਕਸੀਜਨ ਖਤਮ ਹੋਣ ਕੰਢੇ ਆ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿਸੇ ਵਾਸਤੇ ਚੀਕੂ ਅਤੇ ਸੀਤਾਫਲ ਲੱਭਦੇ ਦਿਖਾਈ ਦੇ ਰਹੇ ਨੇ ਸਾਬਤ ਤੌਰ ਤੇ ਸਿੱਧੇ ਤੌਰ ਤੇ ਇਲਜ਼ਾਮ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਲਗਾਏ ਗਏ ਆ ਇਹਨਾਂ ਪੂਰੀਆਂ ਖਬਰਾਂ ਤੇ ਗੱਲਬਾਤ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮੇਂਦਰ ਸਿੰਘ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਡਾਕਟਰ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਸੁਖਵਿੰਦਰ ਜੀ ਡਾਕਟਰ ਸਾਹਿਬ ਮੈਂ ਚਾਹੁੰਦਾ ਕਿ ਅੱਜ ਆਪਾਂ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਆ ਉਹ ਸ਼੍ਰੀ ਢੀਡੇ ਸ਼ਹੀਰ ਸਰਦਾਰ ਕਰਤਾਰ ਸਿੰਘ ਸ਼ਰਾਬਾ ਜੀ ਦੇ ਜਿਹੜੇ ਅੱਜ 125 ਵਾਂ ਜਿਹੜਾ ਜਨਮ ਦਿਨ ਹੈ ਮੈਂ ਚਾਹੁੰਦਾ ਕਿ ਸ਼ਰਾਬਾ ਸਾਹਿਬ ਦੇ ਜਨਮ ਦਿਨ ਤੋਂ ਹੀ ਸ਼ੁਰੂ ਕਰੀਏ ਤੇ ਆਪਾਂ ਥੋੜਾ ਬਹੁਤ ਜਿਹੜੇ ਉਹਨਾਂ ਦੇ ਜੀਵਨ ਦੇ ਕੁਝ ਅਹਿਮ ਪਲ ਨੇ ਅਹਿਮ ਜਿਹੜਾ ਕਿਰਦਾਰ ਨਿਭਾਇਆ ਉਹਨਾਂ ਨੇ ਆਜ਼ਾਦੀ ਦੇ ਵਿੱਚ ਉਹਦੇ ਬਾਰੇ ਜਿਹੜਾ ਆਪਾਂ ਦਰਸ਼ਕਾਂ ਨੂੰ ਜਾਣੂ ਕਰਵਾਇਆ ਅ ਸੁਖਵਿੰਦਰ ਜੀ ਅੱਜ ਪੂਰੇ ਪੰਜਾਬ ਦੇ ਲਈ ਹਿੰਦੁਸਤਾਨ ਦੇ ਲਈ ਔਰ ਜਿੱਥੇ ਵੀ ਲੋਕ ਬੈਠੇ ਨੇ ਅੱਜ ਪੰਜਾਬ ਦੇ ਹੋਣ ਚਾਹੇ ਹਿੰਦੁਸਤਾਨ ਦੇ ਹੋਣ ਉਹਨਾਂ ਲਈ ਇੱਕ ਬਹੁਤ ਹੀ ਮੁਕੱਦਸ ਤੇ ਪਵਿੱਤਰ ਦਿਵਸ ਹੈ ਕਿਉਂਕਿ ਅੱਜ ਦੇ ਦਿਨ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ 125 ਸਾਲ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਦੇ ਵਿੱਚ ਸਰਾਬਾ ਜੀ ਦਾ ਕਰਤਾਰ ਸਿੰਘ ਸਰਾਬਾ ਜੀ ਹੋਰਾਂ ਦਾ ਜਨਮ ਹੋਇਆ ਔਰ ਆਪਣੇ ਜਨਮ ਤੋਂ ਬਹੁਤ ਥੋੜੇ ਹਜੇ ਕੁਝ ਸਾਲ ਹੀ ਬੀਤੇ ਸੀਗੇ ਕਿ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ 7 ਸਾਲ ਦੇ ਸੀਗੇ ਫਿਰ 12 ਸਾਲ ਦੇ ਹੋਏ ਫਿਰ ਇਹਨਾਂ ਦੇ ਮਾਤਾ ਜੀ ਦੀ ਮੌਤ ਹੋਈ ਇਹਨਾਂ ਨੂੰ ਇਹਨਾਂ ਨੇ ਦਾਦਾ ਜੀ ਨੇ ਪਾਲਿਆ ਕਿਉਂਕਿ ਦਾਦਾ ਜੀ ਜਿਹੜੇ ਸੀਗੇ ਬਹੁਤ ਇੱਕ ਵੱਡੀ ਜ਼ਮੀਨ ਦੇ ਮਾਲਕ ਸੀਗੇ ਔਰ ਵੱਡੀ ਗੱਲ ਇਹ ਹੈ ਕਿ ਬਹੁਤ ਵਧੀਆ ਜੀਵਨ ਜੀ ਸਕਦੇ ਸੀਗੇ ਜਿਸ ਕਿਸਮ ਦੀ ਇਹਨਾਂ ਕੋਲੇ ਜ਼ਮੀਨ ਜਾਇਦਾਦ ਸੀਗੀ ਸਰਾਬਾ ਪਿੰਡ ਦੇ ਵਿੱਚ ਉੱਥੋਂ ਇਹ ਲੱਗਦਾ ਹੈ ਕਿ ਬਹੁਤ ਇੱਕ ਆਰਾਮਦਾਇਕ ਜੀਵਨ ਜੀਵਿਆ ਜਾ ਸਕਦਾ ਸੀਗਾ ਪਰ ਸ਼ਹੀਦ ਕਰਤਾਰ ਸਿੰਘ ਸਰਾਬਾ ਨੇ ਇਹ ਜੀਵਨ ਨੂੰ ਜਿਹੜਾ ਸੀਗਾ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਸੋਚ ਆਈ ਉਹਨਾਂ ਨੇ ਇਹੀ ਕਿਹਾ ਕਿ ਇਸ ਵੇਲੇ ਹਿੰਦੁਸਤਾਨ ਗੁਲਾਮ ਹੈ ਅੰਗਰੇਜ਼ ਸਾਮਰਾਜ ਦਾ ਔਰ ਇਸ ਸਾਮਰਾਜ ਤੋਂ ਖਿਹੜਾ ਛੜਾਉਣ ਦੀ ਲੋੜ ਹੈ ਸੋ ਉਸ ਸਿਲਸਿਲੇ ਦੇ ਵਿੱਚ ਪਹਿਲਾਂ ਇਹ ਉੜੀਸਾ ਗਏ ਆਪਣੇ ਚਾਚਾ ਜੀ ਕੋਲ ਉੱਥੇ ਪੜਨ ਲਈ ਭੇਜਿਆ ਗਿਆ ਇਹਨਾਂ ਨੂੰ ਉਸ ਤੋਂ ਬਾਅਦ ਸਾਨ ਫਰਾਂਸਿਸਕੋ ਯੂਨੀਵਰਸਿਟੀ ਦੇ ਵਿੱਚ ਇਹ ਇਹਨਾਂ ਨੇ ਦਾਖਲਾ ਲਿਆ ਅਮਰੀਕਾ ਦੇ ਵਿੱਚ 1912 ਦੇ ਵਿੱਚ ਜਦੋਂ 1912 ਦੇ ਵਿੱਚ ਉੱਥੇ ਗਏ ਤਾਂ ਉੱਥੇ ਬਹੁਤ ਵੱਡੀ ਇੱਕ ਮੂਵਮੈਂਟ ਚੱਲ ਰਹੀ ਸੀਗੀ ਉਹਨਾਂ ਨੇ ਦੇਖਿਆ ਕਿ ਜਿਹੜੇ ਹਿੰਦੁਸਤਾਨੀ ਨੇ ਉਹਨਾਂ ਦੇ ਨਾਲ ਬਹੁਤ ਭੈੜਾ ਵਿਹਾਰ ਕੀਤਾ ਜਾਂਦਾ ਹੈ ਅ ਖਾਸ ਤੌਰ ਤੇ ਅੰਗਰੇਜ਼ਾਂ ਦੇ ਰਾਹੀ ਜਾਂ ਜਿਹੜੇ ਬਾਕੀ ਜਿਹੜੇ ਮੁਲਕਾਂ ਦੇ ਲੋਕ ਸੀ ਉਹਨਾਂ ਨੂੰ ਇਹ ਕਹਿੰਦੇ ਸੀਗੇ ਕਿ ਤੁਸੀਂ ਕਾਦੇ ਬੰਦੇ ਹੋ ਤੁਸੀਂ ਕਿਹੜੇ ਲੋਕ ਹੋ ਜਿਹੜੇ ਕਿ ਇਹ ਇੰਨੇ ਲੰਮੇ ਸਮੇਂ ਤੋਂ ਗੁਲਾਮ ਹੋ ਅੰਗਰੇਜ਼ਾਂ ਦੇ ਸੋ ਤੁਹਾਨੂੰ ਤਾਂ ਮਤਲਬ ਅਸੀਂ ਬੰਦੇ ਨਹੀਂ ਸਮਝਦੇ ਸੋ ਇੱਕ ਇੱਕ ਕਿਸਮ ਦਾ ਉਹਨਾਂ ਦੇ ਦਿਲ ਦੇ ਵਿੱਚ ਇਹ ਜਜ਼ਬਾ ਪੈਦਾ ਹੋਇਆ ਕਿ ਮੈਂ ਸਾਰੀ ਜ਼ਿੰਦਗੀ ਇਸ ਤੋਂ ਬਾਅਦ ਮੈਂ ਆਜ਼ਾਦੀ ਲਈ ਲਗਾ ਦਾਂਗਾ ਸੋ ਪਹਿਲੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਕਿ ਪੰਜਾਬੀਆਂ ਦੀ ਬਹੁਤ ਵੱਡੀਆਂ ਕੁਰਬਾਨੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਛੋਟੇ ਸ਼ਹੀਦ 18 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਜਾਣਾ ਮੈਨੂੰ ਲੱਗਦਾ ਹੈ ਕਿ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਪਹਿਲਾਂ ਵੀ ਸੀਗੀ ਹੁਣ ਵੀ ਹੈ ਉਹ ਜਦੋਂ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਪ੍ਰੇਮਾਂ ਦੇ ਸਦਕਾ ਇਹਨਾਂ ਦੀ ਸ਼ੀਦੀ ਦੇ ਪ੍ਰੇਮਾਂ ਸਦਕਾ ਹੋਰ ਵੀ ਬਹੁਤ ਸਾਰੇ ਜਿਹੜੇ ਭਗਤ ਸਿੰਘ ਵਰਗੇ ਮੇਨ ਜਿਹੜੇ ਸੀ ਉਹ ਵੀ ਬਣੇ ਨੇ ਇਹਨਾਂ ਦੇ ਇਹ ਨਹੀਂ ਵੀ ਕੁਰਬਾਨੀ ਤੋਂ ਬਾਅਦ ਉਹ سلسلہ ਖੜ ਗਿਆ ਇਹਨਾਂ ਦੀ ਕੁਰਬਾਨੀ ਦੇ ਨਾਲ ਹੋਰ ਜਿਹੜੇ ਇਹ ਨੌਜਵਾਨਾਂ ਦੇ ਵਿੱਚ ਹੋਰ ਜੋਸ਼ ਭਰਿਆ ਗਿਆ ਸੁਖਿੰਦਰ ਜੀ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਹੈ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰਾਂ ਦੇ ਪ੍ਰੇਰਨਾ ਸਰੋਤ ਉਹਨਾਂ ਦੇ ਗੁਰੂ ਔਰ ਜਿਨ੍ਹਾਂ ਦੀ ਫੋਟੋ ਹਮੇਸ਼ਾ ਉਹ ਆਪਣੀ ਜੇਬ 'ਚ ਰੱਖਦੇ ਸੀਗੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਉਹ ਕਰਤਾਰ ਸਿੰਘ ਸਰਾਭਾ ਜੀ ਸੀਗੇ ਔਰ ਨੌਜਵਾਨ ਭਾਰਤ ਸਭਾ ਜਦੋਂ ਸ਼ਹੀਦ ਭਗਤ ਸਿੰਘ ਹੋਰਾਂ ਨੇ ਬਣਾਈ ਤਾਂ ਉਸ ਸਬਾਹ ਦੀ ਜਿਹੜੀ ਸ਼ੁਰੂਆਤ ਹੁੰਦੀ ਸੀਗੀ ਉਹ ਹਮੇਸ਼ਾ ਹੀ ਕਰਤਾਰ ਸਿੰਘ ਸਰਾਬਾ ਹੋਰਾਂ ਦੀ ਫੋਟੋ ਜਿਹੜੀ ਰੱਖ ਕੇ ਉਹਨਾਂ ਦੀ ਜਿਹੜੇ ਹੈਗੇ ਉਹਨਾਂ ਦੇ ਉੱਤੇ ਫੁੱਲ ਚੜਾਏ ਜਾਂਦੇ ਸੀਗੇ ਸੋ ਉਹਨਾਂ ਨੂੰ ਇੱਕ عقੀਦਤ ਜਿਹੜੀ ਹੈਗੀ ਆ ਦਿੱਤੀ ਜਾਂਦੀ ਸੀਗੀ ਸੋ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਏ ਉਸ ਤੋਂ ਬਾਅਦ ਸ਼ਹੀਦ ਉਦਮ ਸਿੰਘ ਤੁਸੀਂ ਦੇਖੋਗੇ ਕਿ ਲਗਾਤਾਰ سلسلہ ਜਿਹੜਾ ਸੀਗਾ ਸ਼ਹੀਦ ਕਰਤਾਰ ਸਿੰਘ ਸਰਾਬਾ ਹੋਰਾਂ ਨੇ ਸ਼ੁਰੂ ਕੀਤਾ ਔਰ ਲਗਾਤਾਰ سلسلہ ਜਾਰੀ ਰਿਹਾ ਤੇ ਉਹਦੇ ਕਰਕੇ ਅੱਜ ਆਪਾਂ ਜਿਹੜੀ ਨਿਗਮ ਆਨ ਰਹੀ ਆਜ਼ਾਦੀ ਦਾ ਅਚਾ ਇਹ ਆਜ਼ਾਦੀ ਕਿਦਾਂ ਦੀ ਵੀ ਆਈ ਹੈ ਪਰ ਅੰਗਰੇਜ਼ ਸਾਮਰਾਜ ਦੀ ਆਜ਼ਾਦੀ ਤੋਂ ਕਿਤੇ ਬੈਟਰ ਜਿਹੜੀ ਹੈਗੀ ਆਜ਼ਾਦੀ ਹੈ ਸੋ ਉਸ ਕਰਕੇ ਆਪਾਂ ਨੂੰ ਅੱਜ ਆਜ਼ਾਦੀ ਮਿਲੀ ਹੈ ਉਹਨਾਂ ਦੀ ਸ਼ਹੀਦੀ ਕਰਕੇ ਵੱਡੇ ਵੱਡੇ ਜਿਹੜੇ ਦੇ ਦੇਸ਼ ਭਗ ਸਾਡੇ ਹੋਏ ਨੇ ਸੋ ਗਦਰ ਪਾਰਟੀ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਸੀਗਾ ਕਿ 1912 ਦੇ ਵਿੱਚ ਇਹ ਸ਼ਾਮਲ ਹੋਏ ਔਰ ਗਦਰ ਗਦਰ ਪਾਰਟੀ ਕਿਉਂਕਿ ਇੱਕੋ ਇੱਕ ਐਸੀ ਪਾਰਟੀ ਹੈ ਜਿਨੇ ਪਹਿਲੀ ਵਾਰੀ ਅੰਗਰੇਜ਼ ਸਾਮਰਾਜ ਦੇ ਖਿਲਾਫ ਔਰ ਖਾਸ ਤੌਰ ਤੇ ਜਿਹੜਾ ਸਵਰਾਜ ਦੀ ਜਿਹੜੀ ਅੱਜ ਆਪਾਂ ਗੱਲ ਕਰਦੇ ਆ ਉਹਦਾ ਨਾਰਾ ਪਹਿਲੀ ਵਾਰੀ ਮੈਨੂੰ ਲੱਗਦਾ ਹੈ ਕਿ ਕਾਂਗਰਸ ਤੋਂ ਵੀ ਪਹਿਲਾਂ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਪੂਰਨ ਆਜ਼ਾਦੀ ਜਿਹੜੀ ਹੈਗੀ ਹੈ ਇਸ ਵੇਲੇ ਉਹ ਉਹਨਾਂ ਨੇ ਕਿਹਾ ਕਿ ਅੱਜ ਤੋਂ ਤੁਸੀਂ ਦੇਖੋਗੇ ਕਿ 750 ਸਾਲ ਪਹਿਲਾਂ ਇੱਕ ਵੱਡਾ ਨਾਰਾ ਦੇ ਦੇਣਾ ਕਿ ਕਾਂਗਰਸ ਹਾਲਾਂਕਿ ਉਦੋਂ 1905 ਦੇ ਵਿੱਚ ਸੀਗੀ ਕਾਂਗਰਸ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਦੋ ਧੜਿਆਂ ਦੇ ਵਿੱਚ 1907 ਦੇ ਵਿੱਚ ਉਹ ਫਟ ਚੁੱਕੀ ਸੀ ਇੱਕ ਪਾਸੇ ਕਾਂਗਰਸ ਦੇ ਵਿੱਚ ਜਿਹੜੇ ਸੀਗੇ ਇਹ ਲੋਕ ਇਹ ਚਾਹੁੰਦੇ ਸੀਗੇ ਕਿ ਅਸੀਂ ਗਰਮ ਧੜਾ ਹੋ ਅਸੀਂ ਤਾਂ ਹਥਿਆਰਾਂ ਦੇ ਨਾਲ ਜਿਹੜੀ ਹੈਗੀ ਆਜ਼ਾਦੀ ਲੈ ਕੇ ਆਵਾਂਗੇ ਇੱਕ ਪਾਸੇ ਨਰਮ ਧੜਾ ਜਿਹੜਾ ਹੈਗਾ ਪੈਦਾ ਹੋ ਚੁੱਕਿਆ ਸੀਗਾ ਸੋ ਪਰ ਇਥੇ ਸਮਝਣ ਦੀ ਗੱਲ ਇਹ ਹੈ ਕਿ ਗਦਰ ਪਾਰਟੀ ਨੇ ਪਹਿਲੇ ਵਾਰੀ ਆਪਣਾ ਸੰਵਿਧਾਨ ਤਿਆਰ ਕੀਤਾ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਉਹਨਾਂ ਨੇ ਦੱਸਿਆ ਕਿ ਜਿਹੜਾ ਆਜ਼ਾਦੀ ਹੋਏਗੀ ਜਿਹੜਾ ਸਵਰਾਜ ਹੋਏਗਾ ਉਹਦੇ ਵਿੱਚ ਸਾਰਿਆਂ ਦੀ ਬਰਾਬਰੀ ਹੋਏਗੀ ਜਿਹੜਾ ਅੱਜ ਅੱਜ ਅਸੀਂ ਸੰਵਿਧਾਨ ਦੇ ਵਿੱਚ ਇੱਕ ਸਮਾਜਵਾਦੀ ਇੱਕ ਮਾਡਲ ਦੀ ਗੱਲ ਕਰਦੇ ਆ ਜਾਂ ਬਰਾਬਰੀ ਦੀ ਗੱਲ ਕਰਦੇ ਆ ਸਾਰਿਆਂ ਨੂੰ ਬਰਾਬਰ ਹੱਕਾਂ ਦੀ ਗੱਲ ਕਰਦੇ ਆ ਇਹ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਤੁਸੀਂ ਦੇਖੋਗੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੁਆਰਾ ਜਿਹੜੀ ਸਥਾਪਿਤ ਕੀਤੀ ਗਈ ਸੀਗੀ ਉਸ ਵੇਲੇ ਗਦਰ ਪਾਰਟੀ ਉਹ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਸੋ ਕਰਤਾਰ ਸਿੰਘ ਸਰਾਭਾ ਜੀ ਦੀ ਜਿੱਥੇ ਵੱਡੀ ਕੰਟਰੀਬਿਊਸ਼ਨ ਗਦਰ ਪਾਰਟੀ ਦੀ ਦੀ ਜਥੇਬੰਦੀ ਨੂੰ ਕਾਇਮ ਕਰਨਾ ਉਥੇ ਨਾਲ ਦੀ ਨਾਲ ਗਦਰ ਅਖਬਾਰ ਜਿਹਦੇ ਕਰਕੇ ਗਦਰ ਪਾਰਟੀ ਦਾ ਨਾਮ ਪਿਆ ਔਰ ਗਦਰ ਅਖਬਾਰ ਤੁਸੀਂ ਦੇਖੋਗੇ ਕਿ ਪਹਿਲਾਂ ਉਰਦੂ ਦੇ ਵਿੱਚ ਛਪਦਾ ਸੀਗਾ ਔਰ ਉਰਦੂ ਦੇ ਵਿੱਚ ਜਿੰਨਾ ਵੀ ਉਹ ਸਾਈਕਲੋ ਸਟਾਈਲ ਹੁੰਦਾ ਸੀਗਾ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਉਹਦੇ ਵਿੱਚ ਸਾਰਾ ਕੰਮ ਉਹ ਕਰਦੇ ਸੀਗੇ ਔਰ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਜਦੋਂ ਪਹਿਲੀ ਵਾਰੀ ਗਦਰ ਅਖਬਾਰ ਛਪਣ ਲੱਗਿਆ ਤਾਂ ਸਾਰਾ ਅਨੁਵਾਦ ਦਾ ਕੰਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਦੇਖਿਆ ਉਸ ਤੋਂ ਬਾਅਦ ਕਿਉਂਕਿ 23 ਜਿਹੜੀ 23 ਤਰੀਕ ਹੈ ਕੱਲ ਜਿਹੜੀ ਲੰਘ ਕੇ ਗਈ ਹੈ ਉਹ ਵੀ ਇੱਕ ਮਹੱਤਵਪੂਰਨ ਦਿਵਸ ਇਸ ਲਈ ਬਣ ਜਾਂਦਾ ਹੈ ਕਿ ਅ ਅੱਜ ਤੋਂ 107 ਸਾਲ ਪਹਿਲਾਂ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਹੈ ਜਿਹੜਾ ਬਹੁਤ ਬਾਅਦ ਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਭਾਰਤੀ ਜਿਹੜੇ ਪੰਜਾਬੀ ਸੀਗੇ ਉਹ ਸ਼ਹੀਦ ਹੋਏ ਔਰ ਉਹ ਵੀ ਜਿਹੜਾ ਹੈਗਾ 107 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਦੇ ਉੱਤੇ ਪਹੁੰਚਿਆ ਸੀਗਾ ਕੱਲ ਦੇ ਦਿਨ ਤੋਂ ਇਸ ਕਰਕੇ ਉਹਦੇ ਵਿੱਚ ਵੀ ਕਾਮਾਗਾਟਾ ਮਾਰੂ ਦੇ ਵਿੱਚ ਲੀਡਰਾਂ ਨੂੰ ਭਾਰਤ ਦਾ ਪਹੁੰਚਾਉਣਾ ਖਾਸ ਤੌਰ ਤੇ ਬਾਬਾ ਸੋਨ ਸਿੰਘ ਪਕਣਾ ਨੂੰ ਜਾਂ ਹੋਰ ਉਹਨਾਂ ਦੇ ਜਿਹੜੇ ਗਦਰ ਪਾਰਟੀ ਦੇ ਸਾਥੀ ਸੀਗੇ ਉਹਨਾਂ ਨੂੰ ਹਥਿਆਰ ਦੇ ਕੇ ਕਾਮਾਗਾਟਾ 마ਰੂ ਦੇ ਰਾਹੀ ਉਹਨਾਂ ਨੂੰ ਭਾਰਤ ਦੇ ਵਿੱਚ ਐਂਟਰੀ ਕਰਾਉਣੀ ਇਹ ਵੀ ਇਹਦੇ ਵਿੱਚ ਵੀ ਜਿਹੜਾ ਹੈਗਾ ਕਰਤਾਰ ਸਿੰਘ ਸਰਾਭਾ ਜੀ ਦਾ ਬਹੁਤ ਵੱਡਾ ਰੋਲ ਰਿਹਾ ਔਰ ਉਸ ਤੋਂ ਬਾਅਦ ਜਦੋਂ ਪੰਜਾਬ بچਾਉਂਦੇ ਨੇ ਉਹ ਉਲੰਬੋ ਦੇ ਰਸਤੇ ਸ਼੍ਰੀਲੰਕਾ ਦੇ ਰਸਤੇ ਤਾਂ ਉਸ ਤੋਂ ਬਾਅਦ ਆਪਣੀਆਂ ਜਿਹੜੀਆਂ ਜਥੇਬੰਦਕ ਜਿਹੜੀਆਂ ਕੰਮ ਨੇ ਉਹ ਵੀ ਇੱਥੇ ਕਰਦੇ ਨੇ ਔਰ ਵੱਡਾ ਕੰਮ ਉਹਨਾਂ ਦੀ ਜਿਹੜੀ ਡਿਊਟੀ ਲੱਗਦੀ ਹੈ ਉਹ ਲੱਗਦੀ ਹੈ ਕਿ ਛੌਣੀਆਂ ਦੇ ਵਿੱਚ ਜਿਹੜੀਆਂ ਫੌਜੀ ਛੌਣੀਆਂ ਨੇ ਉਹਦੇ ਵਿੱਚ ਚਾਹੇ ਫਿਰੋਜ਼ਪੁਰ ਦੀ ਛੌਣੀ ਹੋਵੇ ਚਾਹੇ ਹੋਰ ਜਿਹੜੀਆਂ ਨੇੜੇ ਤੇੜੀ ਦੀਆਂ ਛੌਣੀਆਂ ਸੀਗੀਆਂ ਉਹ ਉਹਨਾਂ ਵਿੱਚ ਵੀ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਆਜ਼ਾਦੀ ਦੀ ਜਿਹੜੀ ਚਿੰਗ ਸੀਗੀ ਸਪਾਹੀਆਂ ਦੇ ਵਿੱਚ ਫੌਜੀਆਂ ਦੇ ਵਿੱਚ ਉਹ ਵੀ ਉਹਨਾਂ ਨੂੰ ਪ੍ਰੇਰਣਾ ਦਿੱਤੀ ਉਹਨਾਂ ਨੇ ਔਰ ਬਹੁਤ ਸਾਰੀ ਸਾਡੇ ਜਿਹੜੇ ਨੌਜਵਾਨ ਸੈਨਿਕ ਸੀਗੇ ਉਹ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਨੇ ਬਗਾਵਤ ਦੇ ਬਿਗਲ ਵੀ ਵਜਾਏ ਔਰ ਅੰਗਰੇਜ਼ ਕਿਉਂਕਿ ਅੰਗਰੇਜ਼ ਸਾਮਰਾਜ ਆਪਨੂੰ ਪਤਾ ਹੈ ਕਿ ਪੂਰੀ ਦੁਨੀਆ 'ਚ ਉਹਨਾਂ ਦਾ ਸਿੱਕਾ ਚੱਲਦਾ ਸੀਗਾ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਉਸ ਵੇਲੇ ਜਿਹੜਾ ਹੈਗਾ ਕਿ ਗਦਰ ਕਰਨ ਜਾ ਰਹੇ ਨੇ ਇਹ 1915 ਦੇ ਵਿੱਚ ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ ਫੌਜੀਆਂ ਤੋਂ ਹਥਿਆਰ ਵਾਪਸ ਲੈ ਲੇ ਤੇ ਉਹਨਾਂ ਨੂੰ ਬਹੁਤ ਵੱਡੀਆਂ ਸਜ਼ਾਵਾਂ ਜਿਹੜੀਆਂ ਸੀ ਫੌਜੀਆ ਉਹਨੂੰ ਦਿੱਤੀਆਂ ਗਈਆਂ ਇਸੇ ਤਰ੍ਹਾਂ ਇਹਨਾਂ ਨੂੰ ਲਗਭਗ ਬਹੁਤ ਸਾਰਾ ਇਹਨਾਂ ਦਾ ਜਿਹੜਾ ਗਰੁੱਪ ਸੀਗਾ ਭਾਰਤ ਦੇ ਵਿੱਚ ਆਇਆ ਆ ਇੱਥੇ ਵੀ ਦੱਸਣ ਦੀ ਲੋੜ ਹੈ ਕਿ ਲਗਭਗ 8000 ਗਦਰੀ ਬਾਬੇ 8000 ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਬਹੁਤ ਵੱਡੇ ਵੱਡੇ ਸੁੱਖ ਸਹੂਲਤਾਂ ਤਿਆਗ ਕੇ ਜਿਹਦੇ ਵਿੱਚ ਪੋਟੈਟੋ ਕਿੰਗ ਵਰਗਾ ਜਿਹੜਾ ਹੈ ਕਿ ਕੈਨੇਡਾ ਦੇ ਵਿੱਚ ਅਰਬਾਂ ਖਰਬਾਂ ਪਤੀ ਜਿਹੜਾ ਸੀਗਾ ਮਤਲਬ ਇਦਾਂ ਦੇ ਲੋਕ ਸੀ ਜਿਨ੍ਹਾਂ ਨੇ ਲੱਗਦਾ ਸੀਗਾ ਕਿ ਔਰ ਵੱਡੀ ਗੱਲ ਇਹ ਵੀ ਹੈ ਕਿ ਇੱਥੇ ਮੈਂ ਇੱਕ ਕਵਤਾ ਜ਼ਰੂਰ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨੀ ਚਾਹਾਂਗਾ ਜਿਹੜੇ ਅਕਸਰ ਕਰਤਾਰ ਸਿੰਘ ਸਰਾਬਾ ਜੀ ਗੁਣਗਨਾਇਆ ਕਰਦੇ ਸਨ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸੋ ਇਸ ਕਰਕੇ ਇਦਾਂ ਦੀ ਇਦਾਂ ਦੀ ਕੁਰਬਾਨੀ ਵਾਲੇ ਔਰ ਇਦਾਂ ਦੇ ਜਜ਼ਬੇ ਵਾਲੇ ਹਮੇਸ਼ਾ ਹੀ ਅੱਗੇ ਰਹਿਣ ਵਾਲੇ ਹਰ ਕੰਮ ਦੇ ਵਿੱਚ ਅੱਗੇ ਰਹਿਣ ਵਾਲੇ ਉਹਨਾਂ ਨੇ ਜਹਾਜ਼ ਚਲਾਉਣ ਦੀ ਸਿੱਖਿਆ ਵੀ ਲਈ ਉਹਨਾਂ ਨੇ ਜਹਾਜ਼ ਨੂੰ ਠੀਕ ਕਰਾਉਣ ਦੀ ਵੀ ਸਿੱਖਿਆ ਲਈ ਉਹਨਾਂ ਨੇ ਪਹਿਲੀ ਵਾਰੀ ਜਿਹੜਾ ਸੀਗਾ ਮੈਨੂੰ ਲੱਗਦਾ ਹੈ ਕਿ ਜਿਹੜੀ ਪੱਤਰਕਾਰ ਆਪਾਂ ਤੁਸੀਂ ਕਿਉਂਕਿ ਪੱਤਰਕਾਰੀ ਨਾਲ ਜੁੜੇ ਹੋਏ ਹੋ ਪਹਿਲੇ ਵਾਰੀ ਇੱਕ ਜਿਹੜੇ ਪਹਿਲੇ ਪੱਤਰਕਾਰ ਪ੍ਰਵਾਸ ਵਿੱਚ ਜਾ ਕੇ ਪੰਜਾਬ ਦੇ ਗਦਰ ਅਖਬਾਰ ਨੂੰ ਸ਼ੁਰੂ ਕਰਨਾ ਇਹ ਵੀ ਸਰਬਾਜੀ ਦੇ ਹਿੱਸੇ ਆਇਆ ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕੰਮ ਜਿਹੜਾ ਸੀਗੇ ਉਹ ਹਮੇਸ਼ਾ ਅ ਅੱਗੇ ਰਹਿੰਦੇ ਸੀਗੇ ਉਹਨਾਂ ਦੇ ਲਈ ਔਰ ਜਜ਼ਬਾ ਉਹਨਾਂ ਦੇ ਜਦੋਂ ਜਦੋਂ ਅਦਾਲਤ ਦੇ ਵਿੱਚ ਜੱਜ ਨੇ ਕਿਹਾ ਕਿ ਤੁਹਾਡੀ ਉਮਰ ਬਹੁਤ ਛੋਟੀ ਹੈ ਤੁਹਾਨੂੰ ਅਸੀਂ ਜੇ ਤੁਸੀਂ ਮਾਫੀ ਮੰਗ ਲਓ ਤਾਂ ਅਸੀਂ ਤੁਹਾਨੂੰ ਰਹਾ ਕਰ ਸਕਦੇ ਹਾਂ ਤੁਹਾਨੂੰ ਅਸੀਂ ਫਾਂਸੀ ਨਹੀਂ ਦੇਵਾਂਗੇ ਤਾਂ ਸਰਬਾਜੀ ਦਾ ਬਹੁਤ ਖੂਬਸੂਰਤ ਜਵਾਬ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਕਾਦੀ ਮੰਗਾ ਮੈਂ ਕੀ ਗਲਤੀ ਕੀਤੀ ਹੈ ਮੈਂ ਆਪਣੇ ਮੁਲਕ ਨੂੰ ਆਜ਼ਾਦ ਕਰਾਉਣਾ ਚਾਹਣਾ ਇਹਦੇ ਵਿੱਚ ਕੀ ਕੀ ਗਲਤੀ ਹੈ ਮੇਰੀ ਸੋ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮੈਂ ਤਾਂ ਇਹ ਵੀ ਚਾਹਣਾ ਕਿ ਜੇ ਮੇਰਾ ਅਗਲਾ ਜੀਵਨ ਜਿਹੜਾ ਹੋਏਗਾ ਅਗਲਾ ਜਨਮ ਹੋਏਗਾ ਉਹ ਵੀ ਭਾਰਤ ਦੇ ਵਿੱਚ ਹੋਵੇ ਪੰਜਾਬ ਦੇ ਵਿੱਚ ਹੋਵੇ ਤਾਂ ਕਿ ਮੈਂ ਅਗਲੇ ਜਨਮ ਦੇ ਵਿੱਚ ਵੀ ਤੁਹਾਡੇ ਨਾਲ ਮੈਂ ਆ ਦਸ ਪੰਜਾ ਲੈ ਸਕਾਂ ਔਰ ਆਪਣੀ ਮੁਲਕ ਨੂੰ ਆਜ਼ਾਦ ਕਰਾ ਸਕਾਂ ਸੋ ਇਦਾਂ ਦਾ ਜਜ਼ਬਾ ਲੈ ਕੇ ਆਪਾਂ ਨੂੰ ਪਤਾ ਹੈ ਕਿ ਆ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜਿਹੜਾ ਜੀਵਨ ਹੈ ਬਹੁਤ ਛੋਟਾ ਜੀਵਨ ਸੀਗਾ ਬਹੁਤ ਸਾਡੇ 18 ਸਾਲ ਦਾ ਜੀਵਨ ਜਿਹਦੇ ਵਿੱਚ ਦੋ ਸਾਲ ਉਹ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਕੰਮ ਕੀਤਾ ਔਰ 6 ਕੁ ਮਹੀਨੇ ਉਹਨਾਂ ਦੇ ਜਿਹੜੇ ਸੀਗੇ ਉਸ ਕੇਸ ਦੇ ਵਿੱਚ ਲੰਘ ਗਏ ਸੋ ਉਹਨਾਂ ਦਾ ਜੇਲ੍ਹ ਦਾ ਜੀਵਨ ਹੈ ਸੋ ਬਹੁਤ ਥੋੜੇ ਜੀਵਨ ਦੇ ਵਿੱਚ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਵੱਡੇ ਕੰਮ ਕਰਨ ਵਾਲੇ ਮੈਨੂੰ ਲੱਗਦਾ ਹੈ ਕਿ ਸਾਨੂੰ ਅੱਜ ਉਹਨਾਂ ਤੋਂ ਬਹੁਤ ਚੀਜ਼ਾਂ ਜਿਹੜੀਆਂ ਸਿੱਖਣ ਦੀ ਲੋੜ ਹੈ ਪ੍ਰੇਰਨਾ ਲੈਣ ਦੀ ਲੋੜ ਹੈ ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਵਰਗੇ ਅੱਜ ਲੀਡਰ ਪੰਜਾਬ ਦੇ ਲਈ ਹਿੰਦੁਸਤਾਨ ਦੇ ਲਈ ਚਾਹੀਦੇ ਨੇ ਤਾਂ ਕਿ ਆਪਾਂ ਇਸ ਆਜ਼ਾਦੀ ਨੂੰ ਜਿਹੜੀ ਆਜ਼ਾਦੀ ਉਹਨਾਂ ਨੇ ਸਾਨੂੰ ਮਿਲ ਕੇ ਦਵਾਈ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਪੰਜਾਬ ਹੈ ਉਹਨਾਂ ਦੇ ਸੁਪਨਿਆਂ ਦਾ ਭਾਰਤ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਾਰੇ ਲੋਕ ਬਰਾਬਰ ਹੋਣਗੇ ਸਾਰਿਆਂ ਨੂੰ ਹੈਲਥ ਐਜੂਕੇਸ਼ਨ ਜਿਹੜੇ ਨੇ ਉਹ ਉਹ ਮੁਫਤ ਮਿਲੇਗੀ ਸੋ ਇੱਕ ਨਵੀਂ ਕਿਸਮ ਦਾ ਜਿਹੜਾ ਸੁਪਨਾ ਉਹਨਾਂ ਨੇ ਲਿਆ ਸੀ ਗਦਰੀ ਬਾਬਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਬਾ ਨੇ ਉਸ ਨੂੰ ਪੂਰਾ ਕਰਨ ਦੀ ਅੱਜ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਸਾਨੂੰ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਜੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਜ਼ਿੰਦਗੀ ਤੋਂ ਜੇ ਅੱਜ ਸਿੱਖ ਸਕਦੇ ਹਾਂ ਤਾਂ ਇਹੀ ਸਿੱਖ ਸਕਦੇ ਹਾਂ ਕਿ ਆਪਣੇ ਮੁਲਕ ਨੂੰ ਆਪਣੇ ਵਤਨ ਨੂੰ ਪਿਆਰ ਕਰੀਏ ਔਰ ਜਿਹੜੀ ਗੈਰ ਬਰਾਬਰੀ ਹੈ ਔਰ ਜਿਹੜੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਇੱਕ ਪਾਸੇ ਅਮੀਰੀ ਹੈ ਇੱਕ ਪਾਸੇ ਗਰੀਬ ਲੋਕ ਨੇ ਇੱਕ ਪਾਸੇ ਸਾਰਾ ਕੁਝ ਜਿਹੜਾ ਹੈਗਾ ਅਨਿਆਏ ਜਿਹੜਾ ਹੈਗਾ ਚੱਲ ਰਿਹਾ ਹੈ ਉਸ ਨੂੰ ਉਸ ਨੂੰ ਖਤਮ ਕਰਕੇ ਇੱਕ ਨਵਾਂ ਸਮਾਜ ਇੱਕ ਨਵਾਂ ਸਿਸਟਮ ਇੱਕ ਨਵਾਂ ਮੁਲਕ ਜਿਹੜਾ ਹੈਗਾ ਬਣਾਉਣ ਦੀ ਲੋੜ ਹੈ ਇਸ ਵੇਲੇ ਸੋ ਇਸ ਕਰਕੇ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਅ ਖਸ਼ੀਤ ਕਰਤਾਰ ਸਿੰਘ ਸਰਾਬਾ ਜੀ ਦੇ 125ਵੇਂ ਜਨਮ ਦਿਵਸ ਦੀ ਬਹੁਤ-ਬਹੁਤ ਮੁबारकਾ ਔਰ ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾਮਈ ਰਹੇਗਾ ਇਨਾ ਕਹਿੰਦਾ ਹੋਇਆ ਸੁਖਿੰਦਰ ਜੀ ਅਗਲੀ ਖਬਰ ਦੀ ਤੇ ਉਹਨਾਂ ਦਾ ਹੈਗਾ ਕਿ ਸ਼ਹੀਰ ਕਰਤਾਰ ਸਿੰਘ ਸਰਾਭਾਜੀ ਤੋਂ ਸੇਧ ਲੈਂਦੇ ਹੋਏ ਉਹਨਾਂ ਦੇ ਫਾਲੋ ਕਰਨਾ ਚਾਹੀਦਾ ਹੈ ਉਹਨਾਂ ਦੇ ਸੁਪਨਿਆਂ ਦੇ ਪੰਜਾਬ ਨੂੰ ਕਿਉਂਦਾ ਕਰਨਾ ਚਾਹੀਦਾ ਹੈ ਨਾ ਕਿ ਜਿਹੜੇ ਅੱਜਕੱਲ ਦੇ ਗਾਇਕਾਂ ਨੇ ਮਗਰ ਲਾ ਕੇ ਲੜਾਈਆਂ ਝਗੜੇ ਕਰਦੇ ਫਿਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਹੀਰੋ ਨਹੀਂ ਮੰਨਣਾ ਚਾਹੀਦਾ ਜਿਹੜੇ ਅਸਲ ਹੀਰੋ ਨੇ ਸਾਡੀ ਜ਼ਿੰਦਗੀ ਦੇ ਸਾਡੇ ਜਿਹੜੇ ਪ੍ਰੇਰਨਾ ਸਰੋਤ ਨੇ ਉਹਨਾਂ ਨੂੰ ਜਿਹੜਾ ਹੀਰੋ ਮੰਨ ਕੇ ਅੱਗੇ ਵਧਣਾ ਚਾਹੀਦਾ ਤਾਂ ਅਗਲੀ ਖਬਰ ਦੀ ਗੱਲ ਕਰੀਏ ਬਾਦਲਪਿੰਡ ਦੇ ਵਿੱਚ ਕਹਿੰਦੇ ਕਿ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਜਿਸ ਤੋਂ ਬਾਅਦ ਰਾਜਾ ਵੜਿੰਗ ਤੱਤੇ ਹੋ ਗਏ ਉਹਨਾਂ ਨੇ ਸਿੱਧੂ ਦੇ ਅੰਦਾਜ਼ ਦੇ ਵਿੱਚ ਕਹਿੰਦੇ ਸ਼ੇਰੋ ਸ਼ਾਹਰੀ ਦੇ ਵਿੱਚ ਜਵਾਬ ਪੁੱਛਿਆ ਕਿ ਅੱਬ ਬਤਾਓ ਨਕਲੀ ਸ਼ਰਾਬ ਬਾਨੇ ਬਣਾਉਣ ਵਾਲੇ ਆਪਕੇ ਕੀ ਲੱਗਤੇ ਹੈ ਕਿਵੇਂ ਦੇਖਦੇ ਹੋ ਕਿ ਕਿਹਦੇ ਨਾਲ ਤਾਰਾਂ ਜੁੜਦੀਆਂ ਨੇ ਤੇ ਰਾਜਾ ਵੜਿੰਗ ਜਿਹੜੇ ਆ ਉਹ ਕਿਸ ਦੇ ਤੰਜ ਕਸਮ ਦੀ ਕੋਸ਼ਿਸ਼ ਕਰ ਰਹੇ ਸੁਖਵਿੰਦਰ ਜੀ ਜੋ ਰਾਜਾ ਵੜਿੰਗ ਜੀ ਕਹਿ ਰਹੇ ਨੇ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾ ਕੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਜਦੋਂ ਕੈਪਟਨ ਸਾਹਿਬ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸੌ ਖਾਦੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਾਂਗਾ ਔਰ ਉਹਦੇ ਵਿੱਚ ਹਰ ਤਰ੍ਹਾਂ ਦੇ ਨਸ਼ੇ ਉਹਨਾਂ ਨੇ ਕਿਹਾ ਸੀ ਚਾਹੇ ਚਿੱਟਾ ਹੋਵੇ ਚਾਹੇ ਆਸ਼ਰਾਬ ਹੋਵੇ ਚਾਹੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣ ਪਰ ਆਪਾਂ ਕੀ ਦੇਖ ਰਿਹਾ ਕਿ ਲਗਭਗ 4.5 ਸਾਲਾਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਦੀ ਸੱਤਾ ਰਹੀ ਹੈ ਉਹਦੇ ਵਿੱਚ ਹਜੇ ਤੱਕ ਵੀ ਜਿਹੜਾ ਹੈਗਾ ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਨਾਲ ਮਰ ਰਹੇ ਨੇ ਔਰ ਚਾਹੇ ਸ਼ਰਾਬ ਦੀ ਗੱਲ ਹੋਵੇ ਚਾਹੇ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ ਕਿ ਰਾਜਪੁਰੇ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਕਾਨੂੰਨੀ ਫੈਕਟਰੀਆਂ ਸ਼ਰਾਬ ਦੀਆਂ ਫਰੀਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਸੰਕੜੇ ਸਾਡੇ ਜਿਹੜੇ ਜੋ ਸਾਡੇ ਜਿਹੜੇ ਆਮ ਲੋਕ ਸੀਗੇ ਉਹ ਦੇ ਵਿੱਚੋਂ ਮਾਰੇ ਗਏ ਸੀਗੇ ਆ ਕੁਝ ਸਮਾਂ ਪਹਿਲਾਂ ਦੀ ਗੱਲ ਹੀ ਐ ਸੋ ਇਸ ਕਰਕੇ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਨਸ਼ਿਆਂ ਦਾ ਪ੍ਰਕੋਪ ਪੰਜਾਬ ਦੇ ਵਿੱਚ ਵਧ ਰਿਹਾ ਹੈ ਔਰ ਕੈਪਟਨ ਸਾਹਿਬ ਨੇ ਜਿਹੜਾ ਵਾਅਦਾ ਕਰਕੇ ਉਹ ਭੁੱਲ ਚੁੱਕੇ ਨੇ ਔਰ ਰਾਜਾ ਬਡਿੰਗ ਜੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਸੱਤਾ ਰਹੀ ਹੈ 4.5 ਸਾਲ ਉਹ ਕਿੱਥੇ ਗਈਆਂ ਜਿਹੜੀਆਂ ਲੱਕ ਤੋੜਨ ਦੀਆਂ ਗੱਲਾਂ ਕਿੱਥੇ ਗਈਆਂ ਕਿ ਕਹਦੇ ਸੀਗੇ ਕਿ ਅਸੀਂ ਇੱਥੇ ਬਿਲਕੁਲ ਸਾਫ਼ ਕਰ ਦਾਂਗੇ ਹੁਣ ਤਾਂ ਮਤਲਬ 4 ਹਫਤਿਆਂ ਦੀ بجائے ਹੁਣ 4.5 ਸਾਲ ਹੋ ਚੁੱਕੇ ਨੇ ਸੋ ਇਸ ਕਰਕੇ ਇੱਕ ਦੂਜੇ ਦੇ ਉੱਤੇ ਦੋਸ਼ਣ ਦੇਣ ਦੀ بجائے ਮੈਨੂੰ ਲੱਗਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਕੰਮ ਕਰਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਨੇ ਉਹ ਲਗਾਤਾਰ ਹਾਵੀ ਹੋ ਰਹੇ ਨੇ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵਿਗੜਿਆ ਪਿਆ ਦੂਜੇ ਪਾਸੇ ਜਿੱਥੇ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਸ਼ਰਾਬ ਦੀਆਂ ਫੈਕਟਰੀਆਂ ਹਰ ਦਿਨ ਫੜੀਆਂ ਜਾ ਰਹੀਆਂ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਇਹ بجائے ਰਾਜਾ ਬੜਿੰਗ ਜੀ ਇੱਕ ਦੂਜੇ ਦੇ ਉੱਤੇ ਕਦੇ ਅਕਾਲੀਆਂ ਦੇ ਉੱਤੇ ਉਹ ਕਹਿੰਦੇ ਨੇ ਅਕਾਲੀ ਕਾਂਗਰਸੀਆਂ ਨੂੰ ਕਹੀ ਜਾਂਦੇ ਨੇ ਸੋ ਇੱਕ ਦੂਜੇ ਦੇ ਦੋਸ਼ આરોਪਨ ਦੀ بجائے ਅੱਜ ਹਕੀਕੀ ਤੌਰ ਤੇ ਪੰਜਾਬ ਨੂੰ ਲਵਾਰਸ ਛੱਡਿਆ ਹੋਇਆ ਹੈ ਪੰਜਾਬ ਨੂੰ ਨਾ ਤਾਂ ਇੱਥੇ ਕੋਈ ਕੋਈ ਸਰਕਾਰ ਨਜ਼ਰ ਆ ਰਹੀ ਹੈ ਨਾ ਕੋਈ ਇੱਥੇ ਸੁੱਖ ਸਹੂਲਤਾਂ ਜਿਹੜੀਆਂ ਲੋਕਾਂ ਨੇ ਜਿਹਦੇ ਕਰਕੇ ਕੈਪਟਨ ਸਾਹਿਬ ਨੂੰ ਚੁਣਿਆ ਸੀਗਾ ਚਾਹੇ ਉਹ ਸਿਹਤ ਦੀਆਂ ਸਹੂਲਤਾਂ ਸੀਗੀਆਂ ਚਾਹੇ ਐਜੂਕੇਸ਼ਨ ਦੀਆਂ ਸਹੂਲਤਾਂ ਸੀ ਚਾਹੇ ਨਸ਼ਿਆਂ ਨੂੰ ਖਤਮ ਕਰਨ ਦੀਆਂ ਗੱਲਾਂ ਸੀਗੀਆਂ ਉਹ ਸਾਰੀਆਂ ਕਿਤੇ ਨਾ ਕਿਤੇ ਦੂਰ ਚਲੀਆਂ ਗਈਆਂ ਨੇ ਸੋ ਉਸ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਮੈਂ ਇਹ ਕਹਿਣਾ ਚਾਹਣਾ ਕਿ ਰਾਜਾ ਵਡਿੰਗਹੋਰਾਂ ਜੀ ਦਾ ਵਿਦਿਆਨਤਾ ਠੀਕ ਹੈ ਇੱਕ ਦੂਜੇ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਦੀ ਰਿਸ਼ਤੇਦਾਰੀ ਹੈ ਪੈਂਦੀ ਹੈ ਕਿਤੇ ਨਾ ਕਿਤੇ ਇਨ੍ਹਾਂ ਲੋਕਾਂ ਦੇ ਨਾਲ ਪਰ ਮੈਂ ਇਹ ਕਹਿਣਾ ਚਾਹਣਾ ਬੁਨਿਆਦੀ ਸਵਾਲ ਇਹ ਹੈ ਕਿ 4.5 ਸਾਲਾਂ ਤੋਂ ਬਾਅਦ ਵੀ ਜੇ ਅੱਜ ਸ਼ਰੇਆਮ ਸ਼ਰਾਬ ਦੀਆਂ ਜਿਹੜੀਆਂ ਨੇ ਇਹ ਇਦਾਂ ਦੀਆਂ ਚੀਜ਼ਾਂ ਪੱਠੀਆਂ ਫੜੀਆਂ ਜਾ ਰਹੀਆਂ ਨੇ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾ ਰਹੀਆਂ ਗੈਰਕਾਨੂੰਨੀ ਤੌਰ ਤੇ ਤਾਂ ਅਰ ਇੱਥੇ ਕੈਪਟਨ ਸਾਹਿਬ ਦੀ ਜਿਹੜੀ ਉਹ ਸੌਹ ਹੈ ਉਹ ਕਿੱਥੇ ਗਈ ਉਹ ਉਹਦਾ ਕੀ ਬਣਿਆ ਸੋ ਉਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਸੋ ਇਸ ਕਰਕੇ ਫਿਕਰ ਹੈ ਕਿ ਕੈਪਟਨ ਰਮਿੰਦਰ ਸਿੰਘ ਲਈ ਮਸ਼ਕਲਾਂ ਨੇ ਕਿਉਂਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਦਾ ਜਿਹੜੀ ਗੱਲ ਚੁੱਕਿਆ ਕਿ ਮੇਰੇ ਇਲਾਕੇ ਦੇ ਵਿੱਚ ਸ਼ਰਮ ਨਸ਼ਾ ਵਿਕ ਰਿਹਾ ਤੇ ਹੁਣ ਰਾਜਾ ਬੜਿੰਗ ਬੇਸ਼ੱਕ ਉਹਨਾਂ ਦੇ ਵੱਲੋਂ ਸਵਾਲ ਜਿਹੜੇ ਬਾਦਲਾਂ ਤੇ ਚੁੱਕੇ ਗਏ ਹੁਣ ਪਰ ਕਿਤੇ ਨਾ ਕਿਤੇ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਭਾਈ ਸਰਕਾਰ ਤਾਂ ਤੁਹਾਡੀ ਹੈ ਜੀ ਸਾਡੀ ਬੰਦੇ ਕਰ ਰਹੇ ਨੇ ਤੁਸੀਂ ਫੜਾ ਬੁਨਿਆਦੀ ਤੌਰ ਤੇ ਜਿਹੜੇ ਸਵਾਲ ਨੇ ਉਹ ਇਹੀ ਕਹਿਣਾ ਜਿਵੇਂ ਰਾਣਾ ਗੁਰਜੀਤ ਜੀ ਨੇ ਕਿਹਾ ਕਿ ਸਾਡੀ ਨਹੀਂ ਸੁਣੀ ਜਾ ਰਹੀ ਇੱਥੇ ਜਿਹੜੀ ਹੈਗੀ ਅਫਸਰशाही ਦਾ ਰਾਜ ਹੈ ਸੋ ਇਸ ਕਰਕੇ ਬਾਰ ਬਾਰ ਜਿਹੜੇ ਜਦੋਂ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੀ ਜਿਹੜੀ ਹੈਗੀ ਸਰਕਾਰ ਅਜੇ ਚੱਲ ਰਹੀ ਹੈ ਸੋ ਇਹ ਕੁਝ ਬਹੁਤ ਬੁਨਿਆਦੀ ਸਵਾਲ ਨੇ ਰਾਜਾ ਵੜਿੰਗ ਜੀ ਨੂੰ ਸੋਚਣਾ ਚਾਹੀਦਾ ਔਰ ਕੈਪਟਨ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਭਾਈ ਜੋ ਅਸੀਂ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹਨਾਂ ਨੂੰ ਪੂਰੇ ਕੀਤਾ ਜਾਏ ਔਰ ਖਾਸ ਤੌਰ ਤੇ ਜਿਹੜਾ ਨਸ਼ਿਆਂ ਦਾ ਮੁੱਦਾ ਹੈ ਕਿਉਂਕਿ ਨਸ਼ਿਆਂ ਕਰਕੇ ਆਪਾਂ ਨੂੰ ਪਤਾ ਹੈ ਕਿ ਜਵਾਨੀ ਸਾਡੀ ਤਬਾਹ ਹੋ ਚੁੱਕੀ ਹੈ ਬਹੁਤ ਸਾਰੇ ਜਿਹੜੇ ਡੈਥਸ ਨੇ ਹੁਣ ਤੱਕ ਹੋ ਚੁੱਕੀਆਂ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਉਸ ਤੋਂ ਮਤਲਬ ਕਹਿਣ ਤੋਂ ਭਾਵ ਹੈ ਕਿ ਉਹਨਾਂ ਤੋਂ ਬਚਿਆ ਜਾਏ ਔਰ ਕੈਪਟਨ ਸਾਹਿਬ ਦੀ ਜਿਹੜੇ ਸੱਤਾ ਹੈ ਸਾਢੇ 4 ਸਾਲ ਦੀ ਉਹਦੇ ਉੱਤੇ ਕਿਤੇ ਨਾ ਕਿਤੇ ਕੁਐਸਚਨ ਮਾਰਕ ਜਿਹੜੇ ਨੇ ਸਵਾਲੀਆ ਚਿੰਨ ਅੱਜ ਸਾਨੂੰ ਨਜ਼ਰ ਆ ਰਹੇ ਨੇ ਸੁਖਿੰਦਰ ਜੀ ਉੱਤੇ ਹੁਣ ਅਕਾਲੀ ਦਲ ਵੀ ਹੈ ਜਿਹੜਾ ਉਹ ਵੀ ਹੁਣ ਸਵਾਲ ਚੁੱਕਣ ਲੱਗ ਗਿਆ ਕੈਪਟਨ ਅਮਨਦਰ ਸਿੰਘ ਦੇ ਉੱਤੇ ਸਿੱਧੇ ਤੌਰ ਤੇ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਕਰੀਬੀ ਤਰਵੀਰ ਸਿੰਘ ਗਿੱਲ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕੈਪਟਨ ਸਾਹਿਬ ਹੌਨੀ ਫਾਰਮ ਹਾਊਸ ਤੋਂ ਕਹਿੰਦੇ ਬਾਹਰ ਆ ਜਾਓ ਪੰਜਾਬ ਦੇ ਵਿੱਚ ਆਕਸੀਜਨ ਖਤਮ ਹੋ ਗਈ ਹੈ ਤੇ ਆਕਸੀਜਨ ਖਤਮ ਹੋਣ ਦੇ ਕਾਰਨ ਪੰਜਾਬ ਜਿਹੜਾ ਅ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੈਂਟੀਲੇਟਰ ਤੇ ਹੈ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹਨਾ ਤੇ ਉਧਰੋਂ ਨਾਲ ਹੀ ਨਾਲ ਜਿਹੜਾ ਸੀਤਾਫਲ ਤੇ ਚੀਕੂ ਦਾ ਵੀ ਮੁੱਦਾ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਕਿ ਭਾਈ ਪੰਜਾਬ 'ਤੋਂ ਆਕਸੀਜਨ ਦੇ ਕਾਰਨ ਵੈਂਟੀਲੇਟਰ ਤੇ ਅਤੇ ਤੁਸੀਂ ਲੱਭਦੇ ਫਿਰਦੇ ਹੋ ਚੀਕੂ ਦਾ ਸੀਤਾਪਾਲ ਕਿਵੇਂ ਦੇਖਦੇ ਹਾਂ ਕਿ ਜਿਹੜੇ ਅਕਾਲੀ ਦਲ ਦੇ ਵੱਲੋਂ ਇਹ ਮੁੱਦੇ ਤੰਗ ਕਰਨ ਦੇ ਕਿ ਭਾਈ ਫਾਰਮ ਹਾਊਸ ਤੋਂ ਬਾਹਰ ਆ ਜੋ ਚੀਕੂ ਸੀਤਾਪਾਲ ਦਾ ਮੁੱਦਾ ਚੁੱਕਿਆ ਗਿਆ ਕਿਵੇਂ ਦੇਖਦੇ ਹਾਂ ਅਕਾਲੀ ਦਲ ਹੁਣ ਆਰ ਪਾਰ ਦੀ ਲੜਾਈ ਦੇ ਵਿੱਚ ਆ ਪੂਰੀ ਤਰ੍ਹਾਂ ਬਦਨਾਮ ਕਰਕੇ ਪੂਰੀ ਤਰ੍ਹਾਂ ਜਿਹੜਾ ਆਪ ਉੱਪਰ ਉਠਣਾ ਜਿਹੜਾ ਗ੍ਰਾਫ ਉਹਨਾਂ ਦਾ ਥੱਲੇ ਗਿਰ ਗਿਆ ਸੀਗਾ ਉਹਨੂੰ ਉੱਪਰ ਚੱਕਣ ਦੀ ਕੋਸ਼ਿਸ਼ ਹੈ ਸੁਖਿੰਦਰ ਜੀ ਦੇਖੋ ਇਹ ਕੋਸ਼ਿਸ਼ ਜਿਹੜੀ ਹੈਗੀ ਆ ਲਗਾਤਾਰ ਅਕਾਲੀ ਦਲ ਦੇ ਰਾਹੀ ਚਾਹੇ ਸੁਖਬੀਰ ਬਾਦਲ ਜੀ ਹੋਣ ਚਾਹੇ ਮਜੀਠੀਆ ਜੀ ਹੋਣ ਜਾਂ ਇਹਨਾਂ ਦੇ ਹੋਰ ਵੱਖਰੀ ਲੀਡਰਸ਼ਿਪ ਹੋਵੇ ਉਹ ਕੋਸ਼ਿਸ਼ ਤਾਂ ਕਰ ਰਹੀ ਆ ਆਪਣੇ ਵੱਲੋਂ ਪਰ ਲੋਕਾਂ ਦਾ ਮਨ ਹਜੇ ਟਿਕ ਨਹੀਂ ਰਿਹਾ ਲੋਕਾਂ ਦਾ ਧਿਆਨ ਇਸ ਗੱਲ ਦੇ ਵਿੱਚ ਹੈ ਕਿ ਅੱਜ ਆਪਾਂ ਨੇ ਹੁਣੀ ਯਾਦ ਕੀਤਾ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜੀ ਸ਼ਹੀਦੀ ਹੈ ਜਾਂ ਉਹਨਾਂ ਦਾ ਜਿਹੜਾ ਸੁਪਨਾ ਸੀਗਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਜਾਂ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਉਹ ਕੀ ਸੀਗਾ ਕੀ ਉਹ ਇਹ ਚਾਹੁੰਦੇ ਸੀਗਾ ਕਿ ਇੱਥੇ ਨਾ ਕੋਈ ਸਿਹਤ ਸਹੂਲਤ ਹੋਵੇ ਨਾ ਕੋਈ ਇੱਥੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਸ ਵੇਲੇ ਵੀ ਪਲੇਗ ਵਰਗੀਆਂ ਜਿਹੜੀਆਂ ਸੀਗੀਆਂ ਬਿਮਾਰੀਆਂ ਫੈਲੀਆਂ ਸੀਗੀਆਂ ਉਸ ਵੇਲੇ ਵੀ ਅੱਜ ਤੋਂ 150 ਸਾਲ ਪਹਿਲਾਂ ਵੀ ਹੈਜੇ ਵਰਗੀਆਂ ਬਿਮਾਰੀਆਂ ਪੰਜਾਬ ਦੇ ਵਿੱਚ ਆਮ ਫੈਲਦੀਆਂ ਸੀਗੀਆਂ ਪਰ ਕਿਉਂਕਿ ਉਸ ਵੇਲੇ ਦੋਸ਼ ਇਸ ਲਈ ਨਹੀਂ ਸੀ ਦੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਥੇ ਤਾਂ ਅੰਗਰੇਜ਼ਾਂ ਦਾ ਰਾਜ ਹੈ ਪਰ ਉਹਨਾਂ ਨੂੰ ਇਹ ਵੀ ਨਹੀਂ ਇਹ ਨਹੀਂ ਸੀ ਪਤਾ ਕਿ ਜਦੋਂ ਭਾਰਤੀਆਂ ਦਾ ਰਾਜ ਹੋਏਗਾ ਪੰਜਾਬੀਆਂ ਦਾ ਰਾਜ ਹੋਏਗਾ ਤਾਂ ਵੀ ਲੋਕ ਜਿਹੜੇ ਨੇ ਉਸ ਆਕਸੀਜਨ ਲਈ ਤਰਸਣਗੇ ਤਾਂ ਵੀ ਲੋਕ ਦਵਾਈਆਂ ਲਈ ਤਰਸਣਗੇ ਤਾਂ ਵੀ ਲੋਕ ਬੈਡਸ ਲਈ ਤਰਸਣਗੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅੱਜ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕੀ ਅਸੀਂ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਦੇ ਪਾਏ ਕੀ ਸਾਡੀਆਂ ਸਰਕਾਰਾਂ ਜਿਹਦੇ ਵਿੱਚ ਅਕਾਲੀ ਦਲ ਨੇ ਵੀ ਰਾਜ ਕੀਤਾ ਜਿਹਦੇ ਵਿੱਚ ਕਾਂਗਰਸ ਨੇ ਵੀ ਹੁਣ ਤੱਕ ਰਾਜ ਕੀਤਾ ਇਹਨਾਂ ਨੇ ਕੀ ਸਾਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਅੱਜ ਹਸਪਤਾਲਾਂ ਦਾ ਇੱਕ ਬਹੁਤ ਛੋਟੀ ਜੀ ਚੀਜ਼ ਹੈ ਅੱਜ ਪਿੰਡਾਂ ਦੇ ਵਿੱਚ ਕੈਪਟਨ ਸਾਹਿਬ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਕਰੋਨਾ ਚਲਾ ਗਿਆ ਹੈ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਹੋਰ ਜਿਹੜੀਆਂ ਬਿਮਾਰੀਆਂ ਜਾ ਰਹੀਆਂ ਨੇ ਤਾਂ ਪਿੰਡਾਂ ਦੇ ਵਿੱਚ ਕੀ ਡਾਕਟਰਸ ਹੈਗੇ ਨੇ ਕੀ ਉੱਥੇ ਡਿਸਪੈਂਸਰੀਆਂ ਹੈਗੀਆਂ ਨੇ ਕੀ ਉੱਥੇ ਆਕਸੀਜਨ ਉਪਲਬਧ ਹੈ ਆਪਾਂ ਨੂੰ ਪਤਾ ਹੈ ਕਿ ਨਹੀਂ ਹੈ ਸੋ ਇਸ ਕਰਕੇ ਮਾੜਾ ਹਾਲ ਹੋ ਚੁੱਕਿਆ ਪਰ ਦੂਜੇ ਪਾਸੇ ਕੀ ਹੋ ਰਿਹਾ ਹੈ ਕਿ ਆਪਣੀ ਸਿਆਸਤ ਚਮਕਾਉਣ ਦੇ ਲਈ ਆਪਾਂ ਨੂੰ ਸਵਾਲ ਹੀ ਪੁੱਛਣਾ ਚਾਹੀਦਾ ਸੁਬਿੰਦਰ ਜੀ ਕਿ ਪਿਛਲੇ 10 ਸਾਲ ਭਾਜਪੀ ਔਰ ਅਕਾਲੀਆਂ ਦੀ ਸਰਕਾਰ ਰਹੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜਾ ਮੈਡੀਕਲ ਦੇ ਉੱਤੇ ਜਿਹੜਾ ਹੈਲਥ ਦੇ ਉੱਤੇ ਜਿਹੜਾ ਬਜਟ ਸੀਗਾ ਉਹ ਕਿੰਨਾ ਵਧਾਇਆ ਕਿੰਨੇ ਉਹਨਾਂ ਨੇ ਹਸਪਤਾਲ ਖੋਲੇ ਕਿੰਨੀਆਂ ਆਕਸੀਜਨ ਦੇ ਪਲਾਂਟ ਉਹਨਾਂ ਨੇ ਲਗਾਏ ਕਿੰਨਾ ਕੀਤਾ ਇਸੇ ਤਰ੍ਹਾਂ ਸਾਨੂੰ ਸਵਾਲ ਪੁੱਛਣਾ ਚਾਹੀਦਾ ਕਾਂਗਰਸ ਤੋਂ ਕਿ ਸਾਢੇ 4 ਸਾਲ ਅੱਜ ਹੋ ਗਏ ਨੇ ਕੀ ਪਿੰਡਾਂ ਦੇ ਵਿੱਚ ਸਹੂਲਤਾਂ এডਿਕੇਸ਼ਨ ਦੀਆਂ ਔਰ ਹੈਲਥ ਦੀਆਂ ਦਿੱਤੀਆਂ ਗਈਆਂ ਡਿਸਪੈਂਸਰੀਆਂ ਨੂੰ ਸਹੀ ਕੀਤਾ ਗਿਆ ਔਰ ਡਾਕਟਰਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿੱਥੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਉੱਥੇ ਲਗਾਇਆ ਗਿਆ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਜਾਏ ਇਹ ਇਹ ਜਿਹੜੀਆਂ ਪਾਰਟੀਆਂ ਨੇ ਇੱਕ ਦੂਜੇ ਨੂੰ ਦੋਸ਼ ਦੇੰਦੇ ਜਿਹੜਾ ਪੰਜਾਬ ਦੀ ਐਸ ਵੇਲੇ ਹਕੀਕੀ ਤੌਰ ਤੇ ਜਿਹੜੀਆਂ ਸਮੱਸਿਆਵਾਂ ਨੇ ਜਿਹਦੇ ਵਿੱਚ ਹੈਲਥ ਔਰ ਐਜੂਕੇਸ਼ਨ ਬੁਨਿਆਦ ਹੁੰਦੀ ਹੈ ਔਰ ਸਾਡੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਕਿ ਜਿਹੜੀਆਂ ਸਰਕਾਰਾਂ ਹੋਣਗੀਆਂ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਹੈਲਥ ਔਰ ਐਜੂਕੇਸ਼ਨ ਨੂੰ ਔਰ ਜ਼ਿੰਮੇਵਾਰੀ ਦੇ ਨਾਲ ਅੱਗੇ ਵਧਾਉਣਾ ਸੋ ਆਪਾਂ ਨੂੰ ਪਤਾ ਹੈ ਕਿ ਉਹ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਜਾ ਰਹੀਆਂ ਨੇ ਜਿਹੜੇ ਮਾੜੇ ਮੋٹے ਜਿਹੜੇ ਜਿੱਥੇ ਇਲਾਜ ਹੁੰਦੇ ਸੀਗੇ ਉਹ ਵੀ ਅੱਜ ਇੱਕ ਖਸਤਾ ਹਾਲਤ ਹਸਪੀਟਲ ਆਪਣੇ ਆਪ ਚ ਬਿਮਾਰ ਨੇ ਸਾਡੇ ਤੁਸੀਂ ਦੇਖੋਗੇ ਕਿ ਜਿਹੜੇ ਸਰਕਾਰੀ ਹਸਪੀਟਲ ਨੇ ਉਹ ਉਹਨਾਂ ਨੂੰ ਸਗੋਂ ਅੱਜ ਆਪ ਖੁਦ ਆਕਸੀਜਨ ਦੀ ਲੋੜ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਬਜਾਏ ਇਹ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਦੋਸ਼ ਆਰੋਪਣ ਤੋਂ ਜਿਹੜਾ ਹੈਗਾ ਉਹ ਦੀ ਬਜਾਏ ਆਪਣੀ ਜਿਹੜੀ ਜ਼ਿੰਮੇਵਾਰੀ ਸੀ ਉਹਨਾਂ ਦੀ ਉਹ ਉਹਦੇ ਉੱਤੇ ਦੇਖਣ ਕੇ ਮਜੀਠੀਆ ਸਾਹਿਬ ਨੂੰ ਅੱਜ ਚਾਹੀਦਾ ਕਿ 10 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨੇ ਕੁ ਡਾਕਟਰ ਨਵੇਂ ਲਗਾਏ ਕਿੰਨੇ ਕੁ ਉਹਨਾਂ ਨੇ ਨਰਸਾਂ ਔਰ ਜਿਹੜੇ ਮੈਡੀਕਲ ਜਿਹੜਾ ਮੁਲਾਜ਼ਮ ਨੇ ਕੀ ਉਹਨਾਂ ਨੂੰ ਰੱਖਿਆ ਔਰ ਬਜਟ ਜਿਹੜਾ ਸੀਗਾ ਜਿਹੜਾ ਹੈਲਥ ਦਾ ਬਜਟ ਹੈ ਉਹਦੇ ਵਿੱਚ ਕਿੰਨਾ ਕੁ ਵਾਦਾ ਕੀਤਾ ਮੈਨੂੰ ਲੱਗਦਾ ਹੈ ਉਹ ਤਾਂ ਲਗਾਤਾਰ ਘਟਦਾ ਜਾ ਰਿਹਾ ਹੈ ਸਾਡੇ ਮੈਡੀਕਲ ਜਿਹੜੇ ਨੇ ਉਹ ਸਹੂਲਤਾਂ ਉਹ ਲਗਾਤਾਰ ਘਟਦੀਆਂ ਜਾ ਰਹੀਆਂ ਨੇ ਸੋ ਇਹ ਦੋਨੋਂ ਚੀਜ਼ਾਂ ਤਾਂ ਹੀ ਡਿਵੈਲਪ ਹੋਣਗੀਆਂ ਜੇ ਸਾਡੀਆਂ ਸਰਕਾਰਾਂ ਆਪਣੇ ਸਹੀ ਤਰੀਕੇ ਦੇ ਨਾਲ ਹੈਲਥ ਔਰ ਐਜੂਕੇਸ਼ਨ ਨੂੰ ਜਿਹੜਾ ਸੀਗਾ ਸੀਰੀਅਸਲੀ ਲੈ ਕੇ ਲੋਕਾਂ ਦੀ ਲੋਕਾਂ ਦੇ ਵਿੱਚ ਜਾਣ ਗਿਆ ਔਰ ਇਸੇ ਲਈ ਕੈਪਟਨ ਸਾਹਿਬ ਨੂੰ ਵੀ ਅੱਜ ਲੋੜ ਹੈ ਕਿ ਪਿੰਡਾਂ ਦੀਆਂ ਜਿਹੜੀਆਂ ਅੱਜ ਜੋ ਕਲੈਪਸ ਹੋ ਚੁੱਕਿਆ ਸਿਸਟਮ ਉਹਨੂੰ ਦੁਬਾਰਾ ਰਿਵਾਈਵ ਕੀਤਾ ਜਾਏ ਇਸੇ ਤਰ੍ਹਾਂ ਆਪਾਂ ਪਹਿਲਾਂ ਸ਼ਹਿਰਾਂ ਦੇ ਵਿੱਚ ਦੇਖਿਆ ਸੀਗਾ ਕਿ ਕੈਪਟਨ ਸਾਹਿਬ ਦੇ ਆਪਣੇ ਜ਼ਿਲ੍ਹੇ ਦਾ ਜਿਹੜਾ ਆਪਣੇ ਖਾਸ ਸ਼ਹਿਰ ਦਾ ਹਸਪਤਾਲ ਰਜਿੰਦਰਾ ਹਸਪਤਾਲ ਜਿੱਥੇ ਕਿ ਸਭ ਤੋਂ ਵੱਧ ਡੈਥਸ ਹੋਈਆਂ ਨੇ ਆਪਾਂ ਨੂੰ ਪਤਾ ਹੈ ਕਿ ਉਹ ਸਾਰੀਆਂ ਚੀਜ਼ਾਂ ਉੱਥੇ ਤਰਾ ਤਰਾ ਕੀਤੇ ਕਰਦੇ ਨੇ ਲੋਕ ਔਰ ਆਕਸੀਜਨ ਤੱਕ ਕੋਥੇ ਨਹੀਂ ਮਿਲਿਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਬਜਟ ਜਿਹੜੀ ਬਜਟ ਦੀ ਜਿਹੜੀ ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਐਜੂਕੇਸ਼ਨ ਔਰ ਹੈਲਥ ਦਾ ਜਿਹੜਾ ਬਜਟ ਹੈ ਜਿੰਨੀ ਦੇਰ ਇਹ ਨਹੀਂ ਵਧਾਇਆ ਜਾਏਗਾ ਜਿੰਨੀ ਦੇਰ ਇਹਦੇ ਲਈ ਅਸੀਂ ਸੀਰੀਅਸ ਨਹੀਂ ਹੋਵਾਂਗੇ ਉਨੀ ਦੇਰ ਇਦਾਂ ਦੀਆਂ ਮਹਾ ਬਿਮਾਰੀਆਂ ਆਉਂਦੀਆਂ ਰਹਿਣਗੀਆਂ ਤੇ ਸਾਡੇ ਲੋਕ ਮਰਦੇ ਰਹਿਣਗੇ ਔਰ ਇਹ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਦੇ ਉੱਤੇ ਦੋਸ਼ ਰੋਪਣ ਕਰਕੇ ਆਪਣਾ ਟਾਈਮ ਪਾਸ ਕਰਦੀਆਂ ਰਹਿਣਗੀਆਂ ਇੰਨੀ ਕ ਗੱਲ ਹੈ ਸੁਖਿੰਦਰ ਜੀ ਬੇ ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਇਹ ਸਭ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਆਏ ਸਨ ਡਾਕਟਰ ਪੀ ਮਿੰਦਰ ਸੰਗੀ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਦੇ ਉੱਪਰ ਸਾਡੇ ਨਾਲ ਜੁੜ ਕੇ ਵਿਚਾਰ-ਚਰਚਾ ਕੀਤੀ ਗਈ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ